घर दे विच तन दी वरखा करन वाले बाबे ने भोलियां पालियां औरतां नूं अपनियां गल्लां दे माया जाल विच फसा के उन्हां दे गहने दुगने करन दे लालच दा फायदा उठा के लखां रुपए उड़ा ले ते आखिरकार ई बाबा अते उसदी इक साथी औरत पुलिस दे अड़िके चढ़ गए। ढोंगी बाबे ने पुलिस दे सामने अपना गुनाह भी कबूल लिया ते ओ किस तरह औरतां नूं लुटदा सी इस दा ढंग तरीका भी दस्या। ਕਿਤੇ ਮੈਂ ਘੁੰਮਦੀ ਘੁੰਮਦੀ ਗਈ ਸੀ ਘੁੰਮਦੀ ਨਾ ਉਹ ਦੋਨੇ ਮੁੰਡਾ ਨਾਲੇ ਉਹ ਜਨਾਨੀ ਕਹਿੰਦੇ ਤੁਹਾਡੇ ਦੁੱਖ ਦੂਰ ਹੋ ਜੂੰਗੇ। ਫਿਰ ਬਾਬਾ ਆਇਆ, ਬਾਬਾ ਆਇਆ ਮੈਨੂੰ ਨਾ ਪਾਰਕ ਦੇ ਵਿੱਚੋਂ ਹੀ ਲੈ ਕੇ ਨਾ ਦੂਏ ਪਾਸੇ ਲੰਘਾ ਲਿਆ ਉਹਨਾਂ ਨੇ। ਉਹਦੇ ਬਾਅਦ ਨਾ ਪਾਰਕ ਦੇ ਵਿੱਚ ਲੈ ਕੇ ਮੈਨੂੰ ਨਾ ਉਹਨਾਂ ਨੇ ਫਿਰ ਕਾਂਟੇ ਖੋਲ ਚੂੜੀਆਂ ਖੋਲੀਆਂ, ਫਿਰ ਮੇਰੇ ਤੀਵੀਂ ਨੇ ਕਾਂਟੇ ਖੋਲੇ, ਫਿਰ ਉਹਦੇ ਬਾਅਦ 'ਤੇ ਅੰਗੂਠੀ ਖੋਲੀ, ਉਹਦੇ ਬਾਅਦ 'ਤੇ ਨੀਲਮਾਲੀ ਚਾਂਦੀ ਦੀ ਗੁੱਠੀ ਖੋਲ੍ਹੀ ਹੈ, ਉਹ ਮੈਨੂੰ ਬੰਨ ਕੇ ਦੇ ਵੇ ਜਾ ਕੇ ਨਾ ਘਰ ਸ਼ਾਮ ਨੂੰ 6 ਵਜੇ ਖੋਲ੍ਹਣੀ ਹੈ, 6 ਵਜੇ ਖੋਲ੍ਹਣੀ ਹੈ। ਮੈਂ ਜਾ ਕੇ ਹੀ ਜਦੇ ਖੋਲ੍ਹਤੀ ਆ, ਕੁਛ ਗੱਡੀਆਂ ਨਿਕਲੀਆਂ। ਤੁਹਾਡਾ ਕਿੰਨੇ ਦਾ ਨੁਕਸਾਨ ਹੋ ਗਿਆ, ਕੀ ਲੈ ਗਿਆ, ਕਿੰਨਾ ਸੋਨਾ? 4 ਲੱਖ ਦਾ ਜੀ। ਇੱਦਾਂ ਵੀ ਇਹ ਬਾਬਾ ਸੀ, ਅੱਛਾ, ਅਤੇ ਮੈਂ ਮਤਲਬ ਬੀਬੀ ਨੂੰ ਕਹਿਣਾ ਜੀ ਇਹ ਬਾਬਾ ਵੀ ਸਾਧਵੀ, ਹਾਂਜੀ ਇਹ ਅੱਖਾਂ ਠੀਕ ਕਰਦਾ, ਇਹ ਅੱਖਾਂ ਠੀਕ ਕਰਦਾ ਜੀ, ਅਤੇ ਬਸ ਇੰਨੀ ਗੱਲ ਕਰਕੇ ਤਾਂ ਮੈਂ ਪਿਛਾਹ ਹੋ ਜਾਣਾ ਜੀ। ਠੀਕ ਹੈ, ਬਸ ਇੰਨੀ ਗੱਲ ਹੈ ਜੀ। ਠੀਕ ਹੈ, ਕੀ ਕਰਦੇ ਜੀ? ਹਾਂਜੀ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਸੋਹਨ ਨਾਲ। ਹਾਂਜੀ, ਤੁਸੀਂ ਕਿੱਦਾਂ ਕਰਦੇ ਜੀ, ਠੱਗੀ ਜਿਹੜੀ ਕਰਦੇ ਕਿੱਦਾਂ ਕਰਦੇ ਸੀ? ਆਪਣੇ ਪਿੰਡ ਦੀ ਘਰ 'ਚ ਦੁੱਖ ਤਲਵੀ ਕੇ ਵਾਧੇ ਹੋ ਜਾਣ ਕਿ ਲਵਾ ਲੈਂਦੇ ਸੀ ਕੰਨਾਂ ਦੇ ਹੱਥਾਂ ਦੇ ਲਵਾ ਕੇ ਰੁਮਾਲ 'ਚ ਪਾ ਗਈ ਅਤੇ ਲੈ ਕੇ ਦੀ ਜੇਜ ਬਦਲ ਕੇ ਦੇ ਕੇ ਜਿਹਨੂੰ ਤੁਰ ਜਾਂਦੇ ਸੀ। ਇੱਕ ਉਹਦੇ ਨਾਲ ਜਨਾਨੀ ਹੋਰ ਰਲੀ ਹੋਈ ਸੀ ਮੁੰਡੇ ਨਾਲ, ਉਹ ਚੋਲਾ ਪਾ ਲੈਂਦਾ ਜੀ ਸਾਧ ਦਾ, ਸਾਧ ਚੋਲਾ ਪਾ ਕੇ ਉਹ ਇੱਕ ਕੋਈ ਦੇਖ ਲੈਂਦੇ ਸੀ ਵੀ ਇਹ ਬਜ਼ੁਰਗ ਔਰਤ ਤੁਰੀ ਜਾਂਦੀ ਹੈ, ਉਹਨੂੰ ਰੋਕ ਲੈਂਦੇ ਸੀ। ਉਹ ਜਨਾਨੀ ਜਿਹੜੀ ਨਾਲ ਉਹਦੀ ਜਨਾਨੀ ਰਲੀ ਹੋਈ ਸੀ, ਉਹ ਨਾਲ ਉਹਨੂੰ ਉਹਨੂੰ ਦੂਜੀ ਔਰਤ ਨੂੰ ਕਹਿੰਦੇ ਵੀ ਬਾਬੇ ਜੀ, ਬਾਬਾ ਜੀ ਬਹੁਤ ਕਰਨੀ ਵਾਲੇ ਹੈ, ਤੁਹਾਨੂੰ ਹਾਕਾਂ ਮਾਰਦੇ ਪਿੱਛੋਂ, ਤੁਸੀਂ ਦੇਖੋ ਜੀ ਬਾਬਾ ਜੀ ਨੂੰ ਮਿਲੋ। ਉਹ ਵਿਚਾਰੀ ਬਜ਼ੁਰਗ ਔਰਤ ਉਹਨੂੰ ਮਿਲ ਗਈ, ਮਿਲਣ ਤੋਂ ਬਾਅਦ ਉਹਦੇ ਇੱਕ ਚੁੜੀਆਂ ਪਾਈਆਂ ਸੀ ਦੋ, ਕੰਨ 'ਚ ਸੀ ਬਲੀਆਂ, ਹੋਰ ਸੀ ਉਹਦੇ ਸੋਨੇ ਦੀ ਮੁੰਦਰੀ ਸੀ। ਉਹਨੂੰ ਕਹਿੰਦੇ ਆ ਵੀ ਤੁਹਾਡਾ ਸਾਧ, ਕਹਿੰਦਾ ਵੀ ਤੁਸੀਂ ਬਹੁਤ ਕਰਨੀ ਵਾਲਾ ਸਾਧ ਆ, ਵੀ ਇਹ ਚੰਗਾ ਵਧੀਆ ਵੀ ਤੁਹਾਡੇ ਸਾਰੇ ਹੀ ਦੁੱਖ ਦੂਰ ਕਰੂਗਾ। ਉਹਦੀ ਗੱਲਾਂ 'ਚ ਆ ਕੇ ਉਹਨੂੰ ਕਹਿੰਦੇ ਵੀ ਤੁਸੀਂ ਆਹ ਦਿਓ ਸਾਨੂੰ ਸੋਨਾ, ਵੀ ਤੇਰਾ ਦੁੱਗਣਾ ਕਰ ਦਈਏ। ਉਹਦਾ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਇੱਕ ਰੁਮਾਲ 'ਚ ਪਵਾ ਲਿਆ, ਉਹ ਰੁਮਾਲ ਜੇਬ 'ਚ ਪਾ ਲਿਆ, ਦੂਜੇ ਰੁਮਾਲ 'ਚ ਜਾਲੀ ਪਾਇਆ ਹੁੰਦਾ ਸੀ, ਉਹਨੂੰ ਫੜਾ ਕੇ ਉਹਨੂੰ ਔਰਤ ਬਜ਼ੁਰਗ ਔਰਤ ਨੂੰ ਕਹਿੰਦੇ ਵੀ ਤੁਸੀਂ ਇਹ ਪਿੱਛੇ ਮੁੜ ਕੇ ਨਹੀਂ ਦੇਖਣਾ, ਤੁਹਾਡਾ ਦੁੱਗਣਾ ਹੋ ਜੂਗਾ। ਇਹ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਅਤੇ ਇਹ ਠੱਗੀ ਕਰਦੇ ਸੀ। ਫਿਰ ਕਿਆ ਪਹਿਚਾਣ ਹੋਈ ਜਿਹੜੀ ਫੜ ਗਈ? ਇਹ ਫਿਰ ਹੁਣ ਕਿਸੇ ਦੀ ਕਰਨ ਲੱਗੇ ਸੀ ਪਿੱਛੇ, ਉਹਦਾ ਕਰਕੇ ਫਿਰ ਇਹ ਪੁਲਿਸ ਨੇ ਕਾਬੂ ਕੀਤੇ। ਪਿੱਛੇ ਵੀ ਇਹਨਾਂ ਨੇ 3-4 ਵਾਰਦਾਤਾਂ ਕੀਤੀਆਂ ਆਪਣੇ ਨੰਗਲ ਸ਼ਹਿਰ 'ਚ, ਤੋ ਸਾਰੀਆਂ ਹੀ ਮੰਨ ਗਏ। ਰਿਕਵਰੀ ਹੋਈ ਜੀ? ਹਾਂ, ਰਿਕਵਰੀ ਹੋਈ ਹੈ ਜੀ। ਹੁਣ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਥੋੜ੍ਹਾ ਸਤਰਕ ਹੋ ਜਾਵੋ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਬਾਬੇ ਭੋਲੀਆਂ ਪਾਲੀਆਂ ਔਰਤਾਂ ਨੂੰ ਅਤੇ ਹੋਰ ਭੋਲੇ ਪਾਲੇ ਮਰਦਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਨੇ ਅਤੇ ਉਹਨਾਂ ਦੇ ਲਾਲਚ ਦਾ ਫਾਇਦਾ ਉਠਾ ਕੇ ਉਹਨਾਂ ਤੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਹੋਰ ਚੀਜ਼ਾਂ ਲੁੱਟ ਲੈਂਦੇ ਨੇ ਅਤੇ ਬਾਅਦ ਵਿੱਚ ਅਜਿਹੇ ਲੋਕਾਂ ਦਾ ਕੋਈ ਥਾਂ ਪਤਾ ਵੀ ਨਹੀਂ ਲੱਗਦਾ। ਬਿਊਰੋ ਰਿਪੋਰਟ, ਜਗਬਾਣੀ TV।